ਖਰੜ ਦੇ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮੀ ਤੇਜ਼ ਹੋ ਗਈ ਹੈ। ਹਰ ਉਮੀਦਵਾਰ ਦੇ ਵੱਲੋਂ ਆਪਣੀ ਜਿੱਤ ਯਕੀਨੀ ਬਣਾਉਣ ਦੇ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਹੌਲ ਦੇਖਣ ਦੇ ਵਿੱਚ ਆਇਆ ਖਰੜ ਦੇ ਵਾਰਡ ਨੰਬ
अखाड़े जिहड़े भखदे नजर आ रहे ने। अज जिहड़े है खरड़ दे वार्ड नंबर 18 तो महिंदरपाल सिंह दे हक दे विच अज लेडीज ने जो आजाद खड़े ने जिन्हां दा चोन निशान ट्रैक्टर है वो उन्हां दे हक दे विच अज उन्हां दे परिवारिक मैंबरां ने जिहड़ी आ अज कंपेन शुरू कीती है ते साडे नाल ने उन्हां दे परिवार दे मैंबर ने कुछ लेडीज ने आपां उन्हां नाल गल्लबात करांगे कि उह की कहना चाहुंदे ने। ਭੈਣ ਜੀ ਕੀ ਨਾਮ ਹੈ ਜੀ? ਸਾਚੀਆ ਪ੍ਰਣੀਤ। ਕੀ ਨਾਮ ਹੈ ਜੀ? ਸਾਚੀਆ ਪ੍ਰਣੀਤ। ਅੱਜ ਜੋ ਹੈ ਮਹਿੰਦਰਪਾਲ ਦੇ ਹੱਕ ਦੇ ਵਿੱਚ ਜਿਹੜੀ ਹੈ ਤੁਸੀਂ ਅੱਜ ਕੰਪੇਨ ਸ਼ੁਰੂ ਕੀਤੀ ਹੈ, ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ ਅਸੀਂ ਤਾਂ ਇਹੀ ਕਹਾਂਗੇ ਵੀ ਪੜ੍ਹੇ ਲਿਖੇ ਆ, ਐਜੂਕੇਟਡ ਨੇ, ਸੂਝਵਾਨ ਨੇ, ਓਨੈਸਟ ਨੇ, ਵੱਧ ਤੋਂ ਵੱਧ ਇਹਨਾਂ ਨੂੰ ਵੋਟ ਦੇ ਪਾ ਕੇ ਸਪੋਰਟ ਕੀਤੀ ਜਾਵੇ ਤਾਂ ਕਿ ਸਾਡੇ ਵਿਕਾਸ ਕੀਤਾ ਜਾਵੇ, ਵਾਰ ਦਾ ਖਰੜ ਸ਼ਹਿਰ ਦਾ ਚੰਗਾ ਵਿਕਾਸ ਹੋਵੇ। ਜੇ ਚੰਗੇ ਸੂਝਵਾਨ ਹੋਣਗੇ, ਪੜ੍ਹੇ ਲਿਖੇ ਵਾਰਡ ਮੈਂਬਰ ਹੋਣ, ਮਤਲਬ ਇਹਨਾਂ ਨੂੰ ਸਿਲੈਕਟ ਕਰਨਗੇ ਪੜ੍ਹੇ ਲਿਖੇ ਐਜੂਕੇਟਡ ਬੰਦੇ ਨੂੰ, ਤਾਂ ਸਾਡਾ ਅੱਗੇ ਵੀ ਚੰਗਾ ਵਿਕਾਸ ਹੋਊਗਾ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਵੀ ਐਜੂਕੇਟਡ ਹੋ ਸਕੇ। ਤੁਸੀਂ ਇਹਨਾਂ 'ਤੇ ਕਿੰਨਾ ਕੁ ਭਰੋਸਾ ਰੱਖਦੇ ਹੋ? ਇਹ ਆਜ਼ਾਦ ਲੜ ਰਹੇ ਨੇ ਚੋਣ। ਦੇਖੋ ਇਹਨਾਂ ਨੇ ਵਿਕਾਸ ਦੇ ਕੰਮ ਸ਼ੁਰੂ ਕੀਤੇ ਹੋਏ ਨੇ, ਠੀਕ ਹੈ, ਉਹਨਾਂ ਨੂੰ ਦੇਖ ਕੇ ਤਾਂ ਸਾਨੂੰ ਇਹੀ ਆ ਵੀ ਸਾਨੂੰ ਇਹੀ ਚਾਹੀਦਾ ਬੰਦਾ। ਕਿੰਨੇ ਕੁ ਜਿਹੜੇ ਆ ਹੁਣ ਤੱਕ ਜਿਹੜੇ ਵਾਰਡ ਦੇ ਵਿੱਚ ਇਹ ਵਿਕਾਸ ਦੇ ਕੰਮ ਕਰਾ ਚੁੱਕੇ ਨੇ ਜੀ? ਦੇਖੋ ਮੇਨ ਮੁੱਦਾ ਇਹ ਹੁੰਦਾ ਪਾਣੀ ਦਾ ਹੁੰਦਾ, ਸਭ ਤੋਂ ਬੜੀ ਬੰਦੇ ਦੀ ਪਹਿਲ ਆਧਾਰ ਆ, ਜੋ ਵੀ ਲੋੜ ਮੇਨ ਆ ਪਾਣੀ ਦੀ। ਜਦੋਂ ਬੰਦੇ ਨੂੰ ਪਾਣੀ ਸਾਫ਼ ਸੁਥਰਾ ਮਿਲੂ, ਸਭ ਤੋਂ ਪਹਿਲਾਂ ਇਹਨਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਸਾਫ਼ ਸੁਥਰਾ। ਜਦੋਂ ਤਾਂ ਇਹਨਾਂ ਦਾ ਕੋਈ ਇਲੈਕਸ਼ਨ ਵਗੈਰਾ ਦਾ ਕੋਈ ਮੁੱਦਾ ਨਹੀਂ ਸੀ ਵੀ ਇਹਨਾਂ ਨੇ ਇਲੈਕਸ਼ਨ ਲੜਨੀ ਆ ਜਾਂ ਨਹੀਂ ਲੜਨੀ, ਠੀਕ ਹੈ, ਆ ਤਾਂ ਇਲੈਕਸ਼ਨ ਦਾ ਹੁਣ ਕੰਮ ਸਟਾਰਟ ਹੋ ਗਿਆ। ਇਹਨਾਂ ਨੇ ਪਾਣੀ ਦੇ ਪੈਪ ਪਵਾਏ ਨੇ, ਮਤਲਬ ਸਾਫ਼ ਬੰਦਿਆਂ ਨੂੰ ਪਾਣੀ ਮਿਲੇ ਤਾਂ ਕਿ ਸਿਹਤ ਨਾਲ ਕੋਈ ਖਲਵਾੜ ਨਾ ਹੋ ਸਕੇ। ਹਾਂਜੀ, ਇਸ ਕਰਕੇ ਅਸੀਂ ਤਾਂ ਇਹੀ ਚਾਹਵਾਂਗੇ ਵੀ ਇਹਨਾਂ ਨੂੰ ਚਾਹੀਦਾ। ਅਤੇ ਹੁਣ ਤੁਸੀਂ ਜਿਹੜੀ ਹੈ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੋ, ਇਹਨਾਂ ਦੇ ਹੱਕ ਦੇ ਵਿੱਚ ਲੋਕਾਂ ਦੀ ਕੀ ਰਾਏ ਹੈ, ਕੀ ਕਹਿੰਦੇ ਆ ਇਹਨਾਂ ਦੇ ਬਾਰੇ ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਜੀ? ਇਹੀ ਕਹਿ ਰਹੇ ਆ ਵੀ ਐਜੂਕੇਟਡ ਆ, ਪੜ੍ਹਿਆ ਲਿਖਿਆ, ਓਨੈਸਟ ਵੀ ਚਾਹੀਦਾ ਹੀ। ਪਰ ਇਹਨਾਂ ਦੇ ਉੱਪਰ ਜਿਹੜਾ ਹੈ ਕਿਸੇ ਵੀ ਪਾਰਟੀ ਦਾ ਹੱਥ ਨਹੀਂ ਹੈਗਾ, ਜਦੋਂ ਕਿ ਸਰਕਾਰ ਜਿਹੜੀ ਹੈ ਰੂਲਿੰਗ ਪਾਰਟੀ ਦੀ ਜੇ ਆਪਾਂ ਕਹੀਏ ਕਾਂਗਰਸ ਦੀ ਹੈ, ਆਜ਼ਾਦ ਲੜ ਰਹੇ ਨੇ, ਉਹਦਾ ਬੈਨੀਫਿਟ ਹੋਊਗਾ ਜੀ ਅਗਰ ਆਜ਼ਾਦ ਜਿੱਤਦੇ ਹੈ? ਦੇਖੋ ਬੈਨੀਫਿਟ ਤਾਂ ਇਹਨਾਂ ਨੂੰ ਹੋਊਗਾ ਹੀ ਹੋਊਗਾ, ਕਿਉਂਕਿ ਦੇਖੋ ਇਹਨਾਂ ਨੇ ਕੰਮ ਕੀਤਾ, ਉਹ ਤਾਂ ਜਿਨ੍ਹਾਂ ਦਾ ਕੰਮ ਕੀਤਾ ਉਹਨਾਂ ਨੂੰ ਪਤਾ, ਉਹਨਾਂ ਨੂੰ ਚਾਹੀਦਾ ਹੈ ਵੀ ਹਾਂ ਅਸੀਂ ਜਿਹੜੇ ਬੰਦੇ ਨੇ ਸਾਡਾ ਕੰਮ ਕਰਿਆ ਅਸੀਂ ਉਸ ਨੂੰ ਸਿਲੈਕਟ ਕਰੀਏ। ਤੁਸੀਂ ਸੁਣਿਆ ਕਿ ਜੋ ਅੱਜ ਮਹਿੰਦਰਪਾਲ ਸਿੰਘ ਜੋ ਕਿ ਵਾਰਡ ਨੰਬਰ 18 ਤੋਂ ਆਜ਼ਾਦ ਉਮੀਦਵਾਰ ਨੇ ਉਹ ਚੋਣ ਲੜ ਰਹੇ ਨੇ, ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਲੇਡੀਜ਼ ਜਿਹੜੇ ਆ ਕੰਪੇਨ ਕਰ ਰਹੇ ਨੇ, ਡੋਰ ਟੂ ਡੋਰ ਜਾ ਰਹੇ ਨੇ, ਇਹ ਉਹਨਾਂ ਦੇ ਮੂੰਹ ਤੋਂ ਤੁਸੀਂ ਆਪ ਹੀ ਸੁਣ ਲਿਆ ਕਿ ਲੋਕਾਂ ਦਾ ਉਹਨਾਂ ਨੂੰ ਕਿੰਨਾ ਸਹਿਯੋਗ ਮਿਲ ਰਿਹਾ, ਕਿਉਂਕਿ ਇਹ ਪੜ੍ਹੇ ਲਿਖੇ ਇਨਸਾਨ ਨੇ, ਬੇਦਾਗ ਨੇ, ਇਹਨਾਂ 'ਤੇ ਕੋਈ ਨਾ ਤਾਂ ਕਰਪਸ਼ਨ ਦਾ ਹੈ ਨਾ ਕੋਈ ਇਹੋ ਜਿਹਾ ਕੋਈ ਇਹਨਾਂ 'ਤੇ ਕੋਈ ਇਹੋ ਜਿਹੀ ਐਲੀਗੇਸ਼ਨ ਹੈ, ਜਿਸ ਕਰਕੇ ਲੋਕ ਜਿਹੜੇ ਆ ਇਹਨਾਂ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ। ਅਤੇ ਸਾਡੇ ਨਾਲ ਕੁਛ ਹੋਰ ਵੀ ਨੇ ਉਰੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਵੀਰ ਜੀ ਕੀ ਨਾਮ ਹੈ ਜੀ ਤੁਹਾਡਾ? ਭਪਿੰਦਰ ਸਿੰਘ। ਭਪਿੰਦਰ ਸਿੰਘ ਜੀ, ਅੱਜ ਜਿਹੜੀ ਆ ਕੰਪੇਨ ਸ਼ੁਰੂ ਕੀਤੀ ਹੈ ਤੁਸੀਂ ਅਤੇ ਲੇਡੀਜ਼ ਵੀ ਤੁਹਾਡੇ ਨਾਲ ਨੇ, ਕੀ ਕਹਿਣਾ ਚਾਹੁੰਦੇ ਹੋ, ਕਿਹਾ ਜਿਹਾ ਜਿਹੜਾ ਰਿਸਪੋਂਸ ਮਿਲ ਰਿਹਾ ਲੋਕਾਂ ਦਾ ਤੁਹਾਨੂੰ? ਲੋਕਾਂ ਦਾ ਬਹੁਤ ਵਧੀਆ ਰਿਸਪੋਂਸ ਮਿਲਦਾ ਜੀ, ਕਿਉਂਕਿ ਇਹਨਾਂ ਨੇ ਪਹਿਲਾਂ ਤੋਂ ਹੀ 2-3 ਸਾਲ ਤੋਂ ਲਗਾਤਾਰ ਬਹੁਤ ਵਧੀਆ ਕੰਮ ਕਰੇ, ਵਿਕਾਸ ਦੇ ਕੰਮ ਬਹੁਤ ਕੀਤੇ ਹੈ ਅਤੇ ਪੱਲੇ ਹੋਈ ਪੈਸੇ ਖਰਚਣ ਵਾਲਾ। ਮਤਲਬ ਕਿ ਇਲੈਕਸ਼ਨਾਂ ਤੋਂ ਪਹਿਲਾਂ ਹੀ ਇਹ ਜਿਹੜੇ ਹੈ ਵਿਕਾਸ ਦੀ ਝੜੀ ਇਹਨਾਂ ਨੇ ਲਾ ਦਿੱਤੀ ਸੀ? ਵਿਕਾਸ ਦੀ ਝੜੀ ਪਹਿਲਾਂ ਤੋਂ ਹੀ ਲਾਈ ਨਾ, ਪਰ ਇਹਨੂੰ ਇਲੈਕਸ਼ਨ ਲੜਨ ਦਾ ਕੋਈ ਸ਼ੌਕ ਨਹੀਂ ਸੀ, ਫਿਰ ਵੀ ਇਹਦੇ ਵਿਕਾਸ ਦੇ ਕੰਮਾਂ ਨੂੰ ਦੇਖ ਕੇ ਅਸੀਂ ਪ੍ਰੇਰਿਆ ਵੀ ਤੂੰ ਸੇਵਾ ਦਾ ਮੌਕਾ ਜ਼ਰੂਰ ਦੇ। ਮਤਲਬ ਕਿ ਇਹ ਤੁਹਾਡੇ ਲੋਕਾਂ ਦੀ ਜਿਹੜੀ ਹੈ ਉਹਦੇ ਉਹ ਕਹਿਣ ਤੋਂ ਬਾਅਦ ਇਹ ਜਿਹੜੇ ਇਲੈਕਸ਼ਨ ਲੜ ਰਹੇ ਨੇ? ਇਸ ਤੋਂ ਬਾਅਦ ਲੜੇ, ਬਲਕਿ ਮਹੱਲਾ ਵਾਲੇ ਨਿਵਾਸੀਆਂ ਨੂੰ ਵੀ ਕਿਹਾ, ਹੋਰ ਪਿੰਡਾਂ ਦੇ ਇਲਾਕੇ ਜਿਹੜੇ ਕੁੰਨੀ ਮੱਝਰ ਵਗੈਰਾ ਪੈਂਦੇ ਹੈ ਉਹਨਾਂ ਨੇ ਵੀ ਕਿਹਾ ਵੀ ਇਹਨੂੰ ਮੁੰਡੇ ਨੂੰ ਕੰਮ ਦਾ ਬਹੁਤ ਸ਼ੌਕ ਹੈ, ਸਮਾਜ ਸੇਵੀ ਹੈ, ਇਸ ਕਰਕੇ ਇਹਨੂੰ ਮੌਕਾ ਦਿਓ ਵੀ ਇਹਨੂੰ ਪ੍ਰੇਰ ਪ੍ਰੇਰ ਕੇ ਸਿੱਖਦਾ ਕਰੇ। ਅਤੇ ਹੁਣ ਜਦੋਂ ਤੁਸੀਂ ਲੋਕਾਂ ਦੇ ਘਰ ਘਰ ਜਾ ਰਹੇ ਹੋ, ਰਿਸਪੋਂਸ ਕਿਹਾ ਜਿਹਾ ਮਿਲ ਰਿਹਾ ਜੀ? ਬਹੁਤ ਪੋਜ਼ਿਟਿਵ ਮਿਲਦਾ ਜੀ, ਬਹੁਤ ਜ਼ਿਆਦਾ, ਬਲਕਿ ਇਹ ਵੀ ਕਹਿੰਦੇ ਵੀ ਸਾਨੂੰ 2 ਸਾਲ ਤੋਂ ਪਹਿਲਾਂ ਤਾਂ ਇਹੀ ਪਤਾ ਸੀ ਵੀ ਇਹ ਕੰਮ ਕਰੂਗਾ, ਇਹਨੂੰ ਵੀ ਆਪ ਪ੍ਰੇਰ ਕੇ ਖੜਾਇਆ, ਉਹ ਕਹਿੰਦੇ ਜਦ ਅਸੀਂ ਖੜਾਇਆ ਜੀ ਪਿੱਛੇ ਕਿਉਂ ਹਟ ਗਏ।
ਤੁਸੀਂ ਸੁਣਿਆ ਕਿ ਇਹ ਉਹ ਲੋਕ ਨੇ ਜੋ ਮਹਿੰਦਰਪਾਲ ਸਿੰਘ ਦੇ ਨਾਲ ਜਿਹੜੇ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜੇ ਉਹਨਾਂ ਦੇ ਕੰਪੇਨ ਦੇ ਵਿੱਚ ਜਿਹੜਾ ਹਿੱਸਾ ਲੈ ਰਹੇ ਨੇ ਅਤੇ ਇਹਨਾਂ ਨੇ ਜਿਹੜਾ ਹੈ ਇਹਨਾਂ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਤੋਂ ਹੀ ਜਿਹੜੇ ਇਹਨਾਂ ਨੇ ਵਿਕਾਸ ਦੇ ਕੰਮ ਜਿਹੜੇ ਸ਼ੁਰੂ ਕਰ ਦਿੱਤੇ ਸੀ ਵਿਕਾਸ ਦੇ ਸ਼ੁਰੂ ਕੰਮ ਕਰਨ ਤੋਂ ਬਾਅਦ ਜਿਹੜਾ ਹੈ ਇਹਨਾਂ ਨੇ ਜਿਹੜਾ ਹੈ ਇਲੈਕਸ਼ਨ ਵੀ ਜਿਹੜਾ ਹੈ ਲੋਕਾਂ ਦੇ ਕਹਿਣ 'ਤੇ ਹੀ ਜਿਹੜਾ ਹੈ ਇਹਨਾਂ ਨੇ ਜਿਹੜਾ ਹੈ ਇਲੈਕਸ਼ਨ ਲੜਨ ਦਾ ਸੋਚਿਆ ਹੈ ਅਤੇ ਸਾਡੇ ਨਾਲ ਨੇ ਹੋਰ ਵੀ ਨੇ ਉਰੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਵੀ ਜੀ ਕੀ ਨਾਮ ਹੈ ਜੀ ਤੁਹਾਡਾ ਹਸਨ ਮਠਾੜੂ ਹਾਂ ਮਠਾੜੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਮਹਿੰਦਰਪਾਲ ਦੇ ਬਾਰੇ ਜੀ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਵਧੀਆ ਦੋਸਤ ਹੈ ਜੀ ਮੇਰਾ ਮੈਨੂੰ ਬਹੁਤ ਖੁਸ਼ੀ ਹੈ ਵੀ ਇਲੈਕਸ਼ਨਾਂ ਦੇ ਵਿੱਚ ਖੜ੍ਹਾ ਹੈ ਅਤੇ ਬਹੁਤ ਪੁਰਾਣੀ ਗੱਲ ਹੈ ਵੀ ਇਹ ਕਦ ਮਤਲਬ ਆਪਣੀ ਜਿੱਥੇ ਰਹਿੰਦਾ ਉੱਥੇ ਵਿਕਾਸ ਕਰ ਰਿਹਾ ਜਿੱਥੇ ਨਹੀਂ ਵੀ ਰਹਿੰਦਾ ਉੱਥੇ ਦਾ ਵੀ ਵਿਕਾਸ ਕਰ ਰਿਹਾ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਅੱਗੇ ਵੱਧਦੇ ਇਹਨੂੰ ਅਤੇ ਮੈਂ ਚਾਹੁੰਦਾ ਵੀ ਸਾਰੇ ਲੋਕ ਵੱਡੇ ਵੀਰ ਨੂੰ ਵੋਟ ਪਾਉਣ ਆਪਣੀ ਕੀਮਤੀ ਵੋਟ ਪਾਉਣ ਜਿਤਾਉਣ ਅਤੇ ਆਪਣੇ 5 ਸਾਲ ਜਿਹੜੇ ਹੈ ਵਧੀਆ ਗੁਜ਼ਾਰਨ ਤੁਹਾਡੇ ਕਹਿਣੇ ਦਾ ਮਤਲਬ ਕਿ ਵਾਰਡ ਨੰਬਰ 18 ਹੀ ਨਹੀਂ ਅਗਰ ਹੋਰ ਵੀ ਖਰੜ ਤੋਂ ਕੋਈ ਆ ਜਾਂਦਾ ਉਹਨਾਂ ਦੀ ਵੀ ਇਹ ਜਿਹੜੀ ਹੈ ਸੇਵਾ ਕਰਦੇ ਨੇ ਜਾਂ ਉਹਨਾਂ ਦੇ ਜਿਹੜੇ ਕੰਮ ਨੇ ਉਹ ਵੀ ਕਰਵਾਉਂਦੇ ਨੇ ਜੀ ਜੀ ਹਾਂ ਸਾਰੇ ਦੀ ਮਦਦ ਕਰਦੇ ਹਾਂ ਹੁਣੇ ਹੁਣੇ ਆਪਾਂ ਇੱਕ ਸਪੋਰਟਸ ਮਤਲਬ ਦੇ ਕੇ ਆਏ ਸਾਰੇ ਬੱਚਿਆਂ ਨੂੰ ਕਿੱਟਾਂ ਦੇ ਕੇ ਆਏ ਨੇ ਉਹਨੇ ਬੱਚਿਆਂ ਨੂੰ ਥੋੜ੍ਹੇ ਦੇਰ ਪਹਿਲਾਂ ਦੀ ਗੱਲ ਅਤੇ ਉਹਨਾਂ ਨੇ ਮਤਲਬ ਹੈ ਵੀ ਆਪਣੇ ਵਾਰਡ ਦੇ ਫਿਰ ਵੀ ਅਸੀਂ ਉਹਨਾਂ ਦੀ ਹੈਲਪ ਕਰਕੇ ਆਏ ਵੀ ਕੋਈ ਖਾਲੀ ਹੱਥ ਨਾ ਬੈਠੇ ਤੁਸੀਂ ਸੁਣਿਆ ਕਿ ਮਹਿੰਦਰਪਾਲ ਸਿੰਘ ਦੇ ਉਹ ਸਪੋਰਟਰ ਨੇ ਅਤੇ ਉਹ ਜੁਝਾਰੂ ਸਪੋਰਟਰ ਨੇ ਜੋ ਮਹਿੰਦਰਪਾਲ ਸਿੰਘ ਦੇ ਨਾਲ ਜਿਹੜੇ ਹੈ ਮੋਢੇ ਦੇ ਨਾਲ ਮੋਢਾ ਲਾ ਕੇ ਜਿਹੜੇ ਉਹਨਾਂ ਦੀ ਸਪੋਰਟ ਕਰ ਰਹੇ ਨੇ ਇਹਨਾਂ ਦਾ ਵੀ ਕਹਿਣਾ ਹੈ ਕਿ 2 ਸਾਲ ਪਹਿਲਾਂ ਤੋਂ ਹੀ ਜਿਹੜੀ ਹੈ ਸਮਾਜ ਸੇਵਾ ਦੇ ਕੰਮ ਜਿਹੜੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਨੇ ਅਤੇ ਛੋਟੇ ਛੋਟੇ ਜਿਹੜੇ ਵਾਰਡ ਦੇ ਕੰਮ 'ਤੇ ਜਿਹੜੇ ਪਾਣੀ ਦੀ ਸਮੱਸਿਆ ਹੋਵੇ ਨਾਲੀਆਂ ਦੀ ਸਮੱਸਿਆ ਹੋਵੇ ਸਫਾਈ ਦੀ ਸਮੱਸਿਆ ਹੋਵੇ ਜਿਹੜੇ ਪਹਿਲ ਦੇ ਆਧਾਰ 'ਤੇ ਇਹਨਾਂ ਨੇ ਜਿਹੜੇ ਹੈ ਕਰਾ ਦਿੱਤੇ ਨੇ ਅਤੇ ਸਾਡੇ ਨਾਲ ਨੇ ਮਹਿੰਦਰਪਾਲ ਸਿੰਘ ਜੀ ਜੋ ਕਿ ਇਸ ਵਾਰਡ ਤੋਂ ਵਾਰਡ ਨੰਬਰ 18 ਖਰੜ ਤੋਂ ਜਿਹੜੇ ਇਲੈਕਸ਼ਨ ਲੜ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡੇ ਨਿਊਜ਼ ਮੀਡੀਆ ਦੇ ਮਾਧਿਅਮ ਰਾਹੀਂ ਸਭ ਦਾ ਸਾਨੂੰ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਕੋਲ ਮੇਰੇ ਇੰਟਰਵਿਊ ਲੈਣ ਲਈ ਆਏ ਹੋ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਤੁਹਾਡੇ ਕੁਝ ਸ਼ਬਦਾਂ ਦਾ ਜਵਾਬ ਦੇ ਸਕਾਂ ਅਤੇ ਅੱਜ ਜਿਹੜਾ ਤੁਹਾਡੇ ਹੱਕ ਦੇ ਵਿੱਚ ਲੋਕਾਂ ਦਾ ਹਜੂਮ ਜਿਹੜਾ ਹੈ ਉਮੜ ਰਿਹਾ ਹੈ ਅਤੇ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਤੋਂ ਹੀ ਤੁਸੀਂ ਜਿਹੜੇ ਵਿਕਾਸ ਦੇ ਕੰਮ ਜਿਹੜੇ ਆਪਣੇ ਆਪ ਤੋਂ ਹੀ ਸ਼ੁਰੂ ਕਰ ਦਿੱਤੇ ਅਤੇ ਜਿਹੜੀ ਸਮੱਸਿਆਵਾਂ ਦੀਆਂ ਵਾਰਡ ਦੀਆਂ ਛੋਟੀ ਛੋਟੀਆਂ ਤੁਸੀਂ ਪਹਿਲਾਂ ਹੀ ਹੱਲ ਕਰ ਚੁੱਕੇ ਹੋ ਇਹ ਅਸਲ ਦੇ ਵਿੱਚ ਮੈਂ ਜਿਹੜੇ ਵਾਰਡ ਦੇ ਵਿੱਚ ਰਹਿਣਾ ਇੱਥੇ ਮੈਂ ਆਪਣੇ ਵਾਰਡ ਨੂੰ ਆਪਣਾ ਪਰਿਵਾਰ ਸਮਝਦਾ ਆਪਣਾ ਘਰ ਸਮਝਦਾ ਜਿਹੜੀਆਂ ਇਹਨਾਂ ਦੀਆਂ ਨਿੱਜੀ ਜ਼ਰੂਰਤਾਂ ਮੇਰੀਆਂ ਖੁਦ ਦੀਆਂ ਨਿੱਜੀ ਜ਼ਰੂਰਤਾਂ ਨੇ ਪਾਣੀ ਵਧੀਆ ਸੜਕਾਂ ਸਟਰੀਟ ਲਾਈਟ ਵਧੀਆ ਕੂੜੇ ਦੀ ਸਹੂਲਤ ਪਹਿਰੇਦਾਰ ਦੀ ਸਹੂਲਤ ਇਹ ਸਾਰੀਆਂ ਸਾਡੀਆਂ ਆਪਣੀਆਂ ਨਿੱਜੀ ਜ਼ਰੂਰਤਾਂ ਨੇ ਇਹ ਮੈਨੂੰ ਖੁਦ ਨੂੰ ਲੱਗਦਾ ਕਿ ਇਹ ਸਾਰੀਆਂ ਸਾਡੇ ਇੱਥੇ ਪੂਰੀਆਂ ਹੋਣੀਆਂ ਚਾਹੀਦੀਆਂ ਜਿੱਥੇ ਆਪਾਂ ਰਹਿੰਦੇ ਹਾਂ ਮਾਹੌਲ ਸਾਫ਼ ਹੋਵੇ ਤਾਂ ਮੈਂ ਆਪਣੇ ਵਾਰਡ ਨੂੰ ਆਪਣੇ ਘਰ ਵਾਂਗੂ ਸਮਝ ਕੇ ਇਹਨਾਂ ਦੀਆਂ ਸਾਰੀਆਂ ਨਿੱਜੀ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ 'ਤੇ ਠੀਕ ਕਰਾਉਣਾ ਜ਼ਰੂਰੀ ਸਮਝਦਾ ਜੋ ਸਾਡੇ ਇੱਥੇ ਪਹਿਲਾਂ ਪਾਣੀ ਦੀ ਗੰਦੇ ਪਾਣੀ ਦੀ ਸਮੱਸਿਆ ਸੀਗੀ ਸਾਡੇ ਖੁਦ ਦੇ ਘਰੇ ਗੰਦਾ ਪਾਣੀ ਆਉਂਦਾ ਸੀਗਾ ਇਹ ਕੁਝ ਕਾਰਨ ਨੇ ਜਿਨ੍ਹਾਂ ਕਰਕੇ ਮੈਨੂੰ ਇਸ ਰਾਜਨੀਤੀ ਦੀ ਲਾਈਨ ਵਿੱਚ ਆਉਣਾ ਪਿਆ ਕਿ ਜਿਹੜੇ ਤੁਸੀਂ ਕਿਹਾ ਕਿ ਕੁਝ ਕਾਰਨ ਸੀ ਕੀ ਕਾਰਨ ਸੀ ਕਿ ਸੀਵਰੇਜ ਦੇ ਪਾਣੀ ਦੀ ਸਮੱਸਿਆ ਸੀ ਐਕਚੁਅਲ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਸੀਗਾ ਸਾਡੇ ਇੱਥੇ ਦਰਸ਼ ਨਗਰ ਆਨੰਦ ਨਗਰ ਦੇ ਵਿੱਚ ਪੂਰੇ ਖਰੜ ਦਾ ਵੱਡਾ ਜਿਹੜਾ ਸੀਵਰੇਜ ਪਾਈਪ ਲਾਈਨ ਆ ਉਹ ਹੋ ਕੇ ਨਿਕਲਦਾ ਉਹਦੇ ਵਿੱਚ ਜਿਹੜੀਆਂ ਸਾਡੀਆਂ ਪਾਣੀ ਦੀਆਂ ਪਾਈਪਾਂ ਸੀਗੀਆਂ ਉਹ ਸਮਿੰਟ ਦੀਆਂ ਪੁਰਾਣੀਆਂ ਸੀਗੀਆਂ ਉਹ ਟੁੱਟ ਜਾਂਦੀਆਂ ਸੀਗੀਆਂ ਅਤੇ ਸੀਵਰੇਜ ਦਾ ਪਾਣੀ ਉਹਦੇ ਵਿੱਚ ਮਿਕਸ ਹੁੰਦਾ ਸੀਗਾ ਮੈਂ ਸਭ ਤੋਂ ਪਹਿਲਾਂ ਤਾਂ ਜਦੋਂ ਸ਼ੁਰੂਆਤ ਕੀਤੀ ਸ਼ੁਰੂਆਤੀ ਦੌਰ 'ਤੇ ਮੈਂ ਉਹਨਾਂ ਨੂੰ ਖੁਦ ਪੱਲਿਓਂ ਪੈਸੇ ਲਾ ਕੇ ਠੀਕ ਕਰਵਾਇਆ ਕਿਤੇ ਕਿਤੇ ਜੇ ਸੀ ਬੀ ਨਾਲ ਕਨੈਕਸ਼ਨ ਠੀਕ ਕਰਵਾਇਆ ਪਰ ਜਦੋਂ ਮੈਨੂੰ ਲੱਗਿਆ ਕਿ ਇਹ ਹੁਣ ਹੱਦ ਤੋਂ ਬਾਹਰ ਆ ਵੀ ਇਹ ਰਿਪੇਅਰ ਕਰਨ ਨਾਲ ਨਹੀਂ ਸਰਦਾ ਫਿਰ ਆਪਾਂ ਉੱਪਰ ਹਾਇਰ ਅਥਾਰਟੀਜ਼ ਨਾਲ ਗੱਲ ਕਰਕੇ ਉੱਥੇ ਲੋਹੇ ਦੀ ਪਾਈਪਲਾਈਨ ਪਵਾਈ ਅਤੇ ਹੁਣ ਅਗਰ ਤੁਹਾਨੂੰ ਪਰਮਾਤਮਾ ਜਿਹੜਾ ਹੈ ਜਿੱਤ ਬਖਸ਼ਦਾ ਹੈ ਜਿੱਤਣ ਤੋਂ ਬਾਅਦ ਹੈ ਜਿਹੜਾ ਤੁਸੀਂ ਕਿਹਾ ਵਾਰਡ ਦਾ ਕਿਹੜਾ ਕੰਮ ਜਿਹੜਾ ਤੁਸੀਂ ਪਹਿਲ ਦੇ ਆਧਾਰ 'ਤੇ ਕਰੋਗੇ ਜੀ ਕੀ ਕਹਿਣਾ ਚਾਹੁੰਦੇ ਹੋ ਮੇਰੇ ਵਾਰਡ ਦੇ ਵਿੱਚ ਏਰੀਆ ਆਉਂਦਾ ਜੀ ਮਾਜਰਾ ਆਦਰਸ਼ ਨਗਰ ਆਨੰਦ ਨਗਰ ਗੁਰਮੋਹਰ JDPL ਇਹ ਲਾਂਡਰਾ ਰੋਡ ਬਟਾਲਾ ਰੋਡ ਦਾ ਪੂਰਾ ਕਾਰਨਰ ਗੁਰਨੀ ਮੰਜਰੇ ਤੱਕ ਆਦਰਸ਼ ਨਗਰ ਆਨੰਦ ਨਗਰ ਦੇ ਵਿੱਚ ਮੈਂ ਪਾਣੀ ਦਾ ਕੰਮ ਕਰਵਾ ਚੁੱਕਿਆ ਆਨੰਦ ਨਗਰ ਦੇ ਵਿੱਚ ਲੋਹੇ ਦੀ ਪਾਈਪਲਾਈਨ ਪਵਾਉਣੀ ਰਹਿੰਦੀ ਆ ਉਹ ਮੈਂ ਹੁਣ ਨੈਕਸਟ ਕਮਿੰਗ ਉਹ ਪਵਾਉਣੀ ਆ ਉਹ ਤੋਂ ਬਾਅਦ 'ਚੋਂ ਮੈਂ ਖੁੰਨੀ ਮਾਜਰੇ ਪਿੰਡ ਦੇ ਵਿੱਚ ਆਪਣਾ ਜਿਹੜਾ ਸਟੇਡੀਅਮ ਦਾ ਮੁੱਦਾ ਮੇਰਾ ਉੱਥੇ ਗਰਾਊਂਡ ਹੈ ਆਪਣੇ ਮੇਰੇ ਆਪ ਜਿੰਨੇ ਵੀ ਉੱਥੇ ਯੂਥ ਹੈ ਉਹ ਉਹਨੂੰ ਆਪਣਾ ਖੇਡਾਂ ਨੂੰ ਪ੍ਰਮੋਟ ਕਰ ਰਹੇ ਨੇ ਉਹ ਮੈਂ ਪਹਿਲ ਦੇ ਆਧਾਰ 'ਤੇ ਕੰਮ ਕਰਾਉਣਾ ਉੱਥੇ ਪਾਣੀ ਦੀ ਸਮੱਸਿਆ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਬੈਠਣ ਦੀ ਸਮੱਸਿਆ ਸਾਡੇ ਇੱਥੇ ਡਿਸਪੈਂਸਰੀ ਦੀ ਸਮੱਸਿਆ ਇੱਕ ਮੈਂ ਆਪਣੇ ਵਾਰਡ ਦੇ ਵਿੱਚ ਥਾਣਾ ਵੀ ਲੈ ਕੇ ਆ ਰਿਹਾ ਜਲਦੀ ਅਤੇ ਤਾਂ ਕਿ ਤੁਹਾਨੂੰ ਪਤਾ ਵੀ ਇੱਥੇ ਅੱਜ ਕੱਲ੍ਹ ਚੇਨ ਸਨੈਚਿੰਗ ਵਗੈਰਾ ਬਹੁਤ ਬਹੁਤ ਕੁਛ ਹੋ ਰਿਹਾ ਦੂਜਾ ਸਾਡੇ ਇੱਥੇ ਕੋਈ ਵੀ ਗੇਟ ਨਹੀਂ ਹੈਗਾ ਸਿਕਿਉਰਿਟੀ ਦਾ ਪਰਪਸ ਨਹੀਂ ਹੈਗਾ ਮੈਂ ਇੱਕ ਗੇਟ ਹਰੇਕ ਗੇਟਿਡ ਸੁਸਾਇਟੀ ਬਣਾਉਣਾ ਚਾਹੁੰਦਾ
अपना इतने पहरेदार रखना चाहना, कूड़े का प्रॉपर एक प्रबंध करना चाहना भी कूड़े वाला आए और गेट हाउस टू हाउस अपना कूड़ा कलैक्ट करके लेके जाए, लोग इधर उधर कूड़ा ना सुट्टन। चोणां देखते हुए जो अपने जोड़े वोटर और सपोर्टर उन्होंने की कहना चाहते हो जी? मैं थोड़ा सारे ये अपील करना चाहना जी, मैं थोड़ा बच्चा, तुम मैं प्रेरिया इतने आने ल, मैं हूँ चाहना कि तुम मैं बढ़ चढ़ के सपोर्ट करो, मैं आज़ाद लड़ रहा, आज़ाद लड़ रहा तो ये बहुत बेनीफिट ने जी, मैं आज़ाद जितदा सारे काम थोड़े खुले दिल नाल करा सकता क्योंकि मेरे तो कोई बंदिश नहीं होगी, कोई पाबंदी नहीं होगी, किसी सरकार की कोई रिस्ट्रिक्शन नहीं होगी, मैं कोई रोक टोक नहीं होगी। मेरा चोन निशान ट्रैक्टर है जी, ट्रैक्टर चला किसान, आने वाली 14 तरीक न ट्रैक्टर चला किसान के बटन के वोटा पा के मैं कामयाब बनाओ ताकि मैं आप अपने वार्ड की खुशहाली लिए खुल के काम कर सकिए। तुम पहला सबन परखिया, एक बार मैं भी परख के देखो, मैं थोड़ा कदम निराश नहीं करूँगा। तुम सुनिया कि महेंद्रपाल सिंह जो वार्ड नंबर 18 तो इलेक्शन लड़ रहे ने, उन्होंने उन्होंने की सोच है, कि उन्होंने जोड़ा है वार्ड के लिए सोचा होया है, परमात्मा करे कि यह जित जित इन्हों बख्शन, तो उस तो बाद जी है ये अपने वार्ड की जी नुहार बदल। साढ़े नाल होर भी ने उरे, आप उन्होंने भी गलबात करा कि वह की कहना चाहते हैं। भैन जी की नाम है जी? सत श्रीकाल जी सारे, मेरा नाम दिलप्रीत कौर है, मैं भी वार्ड नंबर 18 में ही रहती हाँ। तो एम पी जसर जी बहुत ही नेक दिल से बहुत ही मददफुल इंसान ने, यह सब की मदद बढ़ चढ़ के करते हैं, चाहे अपने पल्यो करनी पवे, ये कदे भी अपना प्रॉफिट नहीं किसी चीज़ देखते, तो वैल एजुकेटिड ने, पढ़े लिखे ने, न्यू टैक्नोलॉजी ना अपना खुले दिन ना जानते हैं, सब कुछ जानते हैं, टैक्नोलॉजी नाल लेके चलते हैं। पहला लोगों को की हुंदा सीगा, एमसी को खुद जाना पैंदा सीगा, धक्के खाने पैंदे सी, मिले नहीं मिले, अटेंड करे नहीं करे, बट हुण ऐसा कुछ नहीं है। इन्होंने टैक्नोलॉजी नाल लेके चले, इन्होंने काफ़ी सारी अपनी वैबसाइट्स बनवाई ने, तो जिथे mpjasar.com के नाम से तुम खुद फेसबुक से चैक कर सकते हो, इंस्टाग्राम से चैक कर सकते हो, थोनों कोई तकलीफ नहीं आएगी, थोनू कोई भी प्रॉब्लम है तुम अपनी प्रॉब्लम नैट पर रजिस्टर करनी है, क्लिक करना है, सिर्फ एक बटन दबाना है तो थोड़ी प्रॉब्लम सीधी आएगी, थोड़े 24 घंटे के अंदर अंदर थोड़ी सारी प्रॉब्लम सॉल्व होगी, कोई अजी थोड़ा दिक्कत नहीं आएगी, कोई थोड़ा धक्के नहीं खाने पैणगे। ये बहुत ज़्यादा पढ़े लिखे ने, समझदार ने, सारा काम बच चढ़ के करते, बिना किसी सपोर्ट के इन्होंने अपने वार्ड से काफ़ी काम करवाए ने, काफ़ी लोगों की मदद की है। जो थोड़ा खुला सपोर्ट होएगा, तुम इन्हों पावर से लैके आओगे तो तुम खुद सोच सकते हो ये थोड़ी कितनी मदद कर सकते हैं, कितना कुछ थोड़े वार्ड लिए, अपने वार्ड लिए सारा कुछ कर सकते हैं, जो भी मेजर या माइनर प्रॉब्लम्स ने और सारिया दूर कर सकते हैं बिल्कुल, तो बिना किसी अपने मतलब कि बिना किसी अपने स्वार्थ तो ये सब तो पहला लोगों के बारे सोच देने, उन्होंने मदद कर देने। इसलिए मेरी सब नू यही हाथ जोड़ के अपील है कि प्लीज़ तुम ट्रैक्टर चला किसान के बटन दबा के इन्हों सपोर्ट करो, इन्हों वोट पाओ बढ़ चढ़ के, ताकि अपने खरड़ विकास खरड़ के अपने वार्ड नंबर 18 बहुत ज़्यादा वधिया बना सकन, ताकि लोगों जो भी तकलीफों दूर हो सकन। मैं हाथ जुड़ के अपील करती हूँ सारे नू, प्लीज़ ट्रैक्टर चला किसान के वोट पा के इन्हों सपोर्ट करो, ये बहुत ही ज़्यादा मेहनती बंदे ने। थैंक यू जी। तुम सुनिया के जो वार्ड के वसनीक ने उन्हों का जोड़ा है एम पी जसर के प्रति जोड़ा है कि प्यार है, तो विश्वास है, विश्वास भी ता ही आता अगर कैंडीडेट जोड़ा है इलेक्शन लड़न तो पहला ही जोड़े हैं इन्होंने जोड़े वार्ड के जोड़े अधूरे काम ने वो पूरे कर दते हैं, पर हूँ देखना यह होगा कि इन्होंने वार्ड के कामों का इन्हों कि मुल मिलता है, तो किन्ने लोग जोड़े इन्हों वोटा पा के इन्हों कामयाब बनाते हैं। खरड़ तो कैमरामैन राहुल गुप्ता के नाल लैफ्ट राइट न्यूज़ के लिए डेविड वर्मा की रिपोर्ट।